ਇਹ ਹੈ ਦੋਸਤੋ ਲੈਲਾ ਮਜਨੂੰ ਦੀ ਮਜ਼ਾਰ, ਬਿਲਕੁਲ ਪਾਕਿਸਤਾਨ ਤੇ ਭਾਰਤ ਦੇ ਬਾਰਡਰ ਤੇ ਬਣੀ ਹੋਈ ਹੈ। ਇਤਿਹਾਸ ਵਿੱਚ ਤੁਸੀਂ ਬਹੁਤ ਕਹਾਣੀਆਂ ਪੜ੍ਹੀਆਂ ਹੋਣਗੀਆਂ, ਹੀਰ ਰਾਂਝੇ ਦੀਆਂ, ਮਿਰਜ਼ਾ ਸਾਹਿਬਾਂ ਦੀਆਂ। ਉਸ ਦੇ ਵਿੱਚੋਂ ਇੱਕ ਜਿਹੜਾ ਲੈਲਾ ਮਜਨੂੰ ਸੀ, ਤੁਸੀਂ ਪੜ੍ਹਿਆ ਹੋਣਾ ਵੀ ਕਿਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਨਾ, ਤੇ ਕਿਵੇਂ ਉਹਨਾਂ ਦੀ ਮੌਤ ਹੋਈ ਤੇ ਇਸ ਥਾਂ ਤੇ ਉਹਨਾਂ ਦੀ ਜਿਹੜੀ ਮੌਤ ਹੋਈ ਸੀ, ਇਸ ਥਾਂ ਤੇ ਉਹਨਾਂ ਦੀਆਂ ਜਿਹੜੀਆਂ ਕਬਰਾਂ ਵੀ ਬਣੀਆਂ ਹੋਈਆਂ ਨੇ ਤੁਹਾਨੂੰ ਦਿਖਾਵਾਂਗੇ, ਤੇ ਲੋਕ ਕੀ ਕਰਕੇ ਜਾਂਦੇ ਆ ਤੁਹਾਨੂੰ ਉਹ ਵੀ ਦਿਖਾਵਾਂਗੇ। ਆਪਦੇ ਪਿਆਰ ਨੂੰ ਪਾਉਣ ਵਾਸਤੇ ਨਾ, ਕੁੜੀਆਂ ਨੂੰ ਬੱਸ ਵਿੱਚ ਕਰਨ ਵਾਸਤੇ ਇੱਥੇ ਕੀ ਕਰਦੇ ਆ, ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ। ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਅਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਅਤੇ ਆ ਜਾਓ ਅੰਦਰ ਚੱਲਦਾ, ਜਿਹੜੀ ਤੁਸੀਂ ਸਾਹਮਣੇ ਮਜ਼ਾਰ ਵੇਖ ਰਹੇ ਹੋ, ਸਮਾਧ ਬਣੀ ਹੋਈ ਆ, ਇਹ ਲੈਲਾ ਅਤੇ ਮਜਨੂੰ ਦੀ ਆ। ਲੈਲਾ ਸੀ ਜਿਹੜੀ ਉਹ ਪਾਕਿਸਤਾਨ ਦੀ ਸੀ, ਅਤੇ ਮਜਨੂੰ ਕਹਿੰਦੇ ਜਿਹੜੇ ਉਹ ਭਾਰਤ ਦਾ ਸੀਗਾ, ਮੁਸਲਮਾਨ ਹੋਏ ਨੇ ਵੈਸੇ ਤਾਂ ਇਹ। ਅਤੇ ਲੈਲਾ ਜਿਹੜੀ ਕਹਿੰਦੇ ਤੇ ਪਾਣੀ ਭਰਨ ਆਉਂਦੀ ਹੁੰਦੀ ਸੀ, ਉਹ ਖੂਹ ਵੀ ਦਿਖਾਵਾਂਗੇ ਜਿੱਥੇ ਉਹ ਪਾਣੀ ਭਰਨ ਆਉਂਦੀ ਹੁੰਦੀ ਸੀ, ਹੈ ਨਾ। ਤਾਂ ਦੋਸਤੋ ਆਹ ਜਿਹੜੀ ਤੁਸੀਂ ਮਜ਼ਾਰ ਵੇਖ ਰਹੇ ਹੋ, ਇਹ ਦਰਗਾਹ ਦੇਖ ਰਹੇ ਹੋ, ਇਹ ਜਿਹੜੀ ਵੱਡੀ ਹੈ ਇਹ ਤਾਂ ਮਜਨੂੰ ਦੀ ਆ, ਜਿਹੜੀ ਛੋਟੀ ਹੈ ਉਹ ਲੈਲਾ ਦੀ ਬਣੀ ਹੋਈ ਆ। ਅਤੇ ਇਹ ਦੋਵੇਂ ਦੋਸਤੋ ਇੱਕ ਦੂਜੇ ਨੂੰ ਪਿਆਰ ਕਰਦੇ ਸੀਗੇ। ਆਪਾਂ ਇਤਿਹਾਸ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ। ਸੰਨੀ ਦਿਓਲ ਦੀ ਤੁਸੀਂ ਫਿਲਮ ਵੀ ਵੇਖੀ, ਉਹਨਾਂ ਨੇ ਲੈਲਾ ਮਜਨੂੰ 'ਤੇ ਇੱਕ ਹਿੰਦੀ ਫਿਲਮ ਆਈ ਸੀ 1983-84 ਦੇ ਵਿੱਚ, ਸੰਨੀ ਦਿਓਲ ਨੇ ਜਿਹੜੀ ਉਹ ਫਿਲਮ ਬਣਾਈ ਸੀ। ਤਾਂ ਦੋਸਤੋ ਇਹ ਲੈਲਾ ਮਜਨੂੰ, ਆਹ ਦੇਖੋ ਖੰਬਣੀਆਂ, ਲੋਕ ਇੱਥੇ ਖੰਬਣੀਆਂ ਬੰਨ ਕੇ ਜਾਂਦੇ ਆ ਵੀ ਹੈ ਨਾ ਸਾਡਾ ਉਹਦੇ ਨਾਲ ਵਿਆਹ ਹੋ ਜਾਵੇ ਜਾਂ ਸਾਡਾ ਉਹ ਮਤਲਬ ਉਹ ਕੁੜੀ ਹੈ ਨਾ ਸਾਡੇ ਬੱਸ ਵਿੱਚ ਹੋ ਜਾਵੇ। ਦੋਸਤੋ ਬੇਸ਼ੱਕ ਕਹਿਣ ਨੂੰ ਗੱਲ ਬੁਰੀ ਲੱਗੇ, ਪਰ ਇਹ ਹਕੀਕਤ ਹੈ ਵੀ ਦੁਨੀਆ ਇੱਥੇ ਭਾਂਤ ਭਾਂਤ ਦੀ ਆਉਂਦੀ ਹੈ। ਕੋਈ ਕੁਛ ਚੜ੍ਹਾ ਕੇ ਜਾਂਦਾ ਆਪਣੇ ਪਿਆਰ ਨੂੰ ਪਾਉਣ ਵਾਸਤੇ, ਅਤੇ ਕੋਈ ਕੁਛ ਚੜ੍ਹਾ ਕੇ ਜਾਂਦਾ। ਆਹ ਤੁਸੀਂ ਸਾਰੇ ਪਾਸੇ ਜਦੋਂ ਆਓਗੇ, ਕੋਈ ਡੋਰੀਆਂ, ਖੰਬਣੀਆਂ, ਚੂੜੀਆਂ, ਤੁਹਾਨੂੰ ਆਹੀ ਮਜ਼ਾਰ ਦੇ ਅੰਦਰ ਜਿਹੜੀਆਂ ਦਰਗਾਹ ਦੇ ਅੰਦਰ ਦੇਖਣ ਨੂੰ ਮਿਲਣਗੀਆਂ। ਬਾਕੀ ਕੀ ਇਤਿਹਾਸ ਸੀ ਉਹ ਸਾਰਾ ਇਤਿਹਾਸ ਤੁਹਾਨੂੰ ਆਪਾਂ ਬਾਹਰ ਬਾਬਾ ਜੀ ਬੈਠੇ ਨੇ ਉਹਨਾਂ ਤੋਂ ਵੀ ਜਿਹੜਾ ਪੁੱਛ ਕੇ ਦੱਸਾਂਗੇ। ਅਤੇ ਦੋਸਤੋ ਇੱਕ ਵਾਰੀ ਫੇਰ ਦੱਸ ਦਿਓ, ਭਾਰਤ ਅਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ, ਲਾਸਟ ਪਿੰਡ ਹੈ ਇਹ, ਇੱਦੂ ਬਾਅਦ ਜਿਹੜਾ ਪਾਕਿਸਤਾਨ ਸ਼ੁਰੂ ਹੋ ਜਾਂਦਾ। ਅਤੇ ਮਜ਼ਾਰ ਜਿਹੜੀ ਇੱਥੇ ਲੈਲਾ ਮਜਨੂੰ ਦੀ ਬਣੀ ਹੋਈ ਆ, ਵੱਡੀ ਅਤੇ ਛੋਟੀ ਤੁਹਾਨੂੰ ਮੈਂ ਦੱਸਤਾ ਵੀ, ਵੱਡੀ ਹੈ ਜਿਹੜੀ ਉਹ ਮਜਨੂੰ ਦੀ ਆ, ਛੋਟੀ ਹੈ ਜਿਹੜੀ ਉਹ ਲੈਲਾ ਦੀ ਆ। ਅਤੇ ਇੱਧਰ ਆ ਦੇਖੋ ਖੁੱਲ੍ਹੇ ਏਰੀਏ ਦੇ ਵਿੱਚ ਜਿਹੜੀ ਮਜ਼ਾਰ ਬਣੀ ਹੋਈ ਆ, ਅਤੇ ਉੱਥੇ ਬਾਬਾ ਜੀ ਜਿਹੜੇ ਬੈਠੇ ਨੇ ਉਹਨਾਂ ਤੋਂ ਆਪਾਂ ਪਤਾ ਕਰ ਦਿਆਂਗੇ। ਆਹ ਤੁਸੀਂ ਵੇਖ ਲਓ, ਥੋੜ੍ਹਾ ਜਿਹਾ ਗੁੰਬਦ ਹੈ ਜਿਹੜਾ ਉਹ ਟੇਢਾ ਜ਼ਰੂਰ ਬਣਿਆ ਹੋਇਆਗਾ। ਅਤੇ ਲੋਕ ਇੱਥੇ ਮੰਨਤਾ ਬਹੁਤ ਆ, ਹੈ ਨਾ, ਭਾਵੇਂ ਆਪਣੇ ਪੰਜਾਬ ਦੇ ਵਿੱਚ ਇਹ ਚੀਜ਼ ਦੀ ਮੰਨਤਾ ਨਹੀਂ, ਚੰਗਾ ਨਹੀਂ ਸਮਝਦੇ, ਪਰ ਇੱਥੇ ਬਹੁਤ ਜਿਹੜੇ ਦੂਰੋਂ ਦੂਰੋਂ ਲੋਕ ਆਉਂਦੇ ਵੀ ਮੰਨਤਾ ਕਰਦੇ ਆ। ਇਸ ਥਾਂ 'ਤੇ ਦੋਵੇਂ ਮਰ ਗਏ ਸੀ, ਉਹਨਾਂ ਨੂੰ ਪਾਣੀ ਨਹੀਂ ਮਿਲਿਆ ਸੀ ਇਸ ਥਾਂ 'ਤੇ। ਅਤੇ ਆ ਜੋ ਪਤਾ ਕਰਦੇ ਆਪਾਂ, ਬਾਪੂ ਜੀ ਦੱਸੋਗੇ ਮਾੜਾ ਇਹਦੇ ਬਾਰੇ? ਲੈਲਾ ਪਾਕਿਸਤਾਨ ਦੀ, ਇਹਦੇ ਮਜਨੂੰ ਦਾ ਪਿੰਡ ਆ, ਬੰਜੌਰ ਪੁਰਾਣਾ ਹੈ। ਅੱਛਾ, ਇਹ ਆ ਪਿੰਡ ਆ ਜਿਹੜਾ ਮਜਨੂੰ ਦਾ। ਅੱਛਾ, ਜਿਹੜੀ ਅੰਦਰ ਬਣੀ ਹੋਈ ਹੈ, ਮਤਲਬ ਬਾਜ਼ਾਰਾਂ ਬਣੀਆਂ ਹੋਈਆਂ ਨੇ, ਲੈਲਾ ਦੀ ਕਿਹੜੀ ਹੈ, ਮਜਨੂੰ ਦੀ ਕਿਹੜੀ ਹੈ? ਵੱਡੀ ਹੈਗੀ ਮਜਨੂੰ ਦੀ, ਛੋਟੀ ਵਾਲੀ ਲੈਲਾ ਦੀ, ਛੋਟੀ ਵਾਲੀ ਲੈਲਾ ਦੀ ਹੈ। ਅੱਛਾ, ਲੈਲਾ ਦਾ ਕਿਹੜਾ ਪਿੰਡ ਸੀ ਨਾਲ? ਇੱਧਰ ਕਿਤੇ ਬਾਵਲਪੁਰ ਪਾਕਿਸਤਾਨ ਦੇ। ਅੱਛਾ, ਉਹ ਪਾਕਿਸਤਾਨ ਸਾਈਡ ਰਹਿ ਗਿਆ, ਬਾਵਲਪੁਰ ਪਿੰਡ ਹੈ। ਹਾਂ, ਸ਼ਹਿਰ ਹੈ। ਅੱਛਾ, ਉਹ ਸ਼ਹਿਰ ਦਾ ਕੋਈ ਪਿੰਡ ਸੀ। ਅੱਛਾ, ਇੱਥੇ ਲੈਲਾ ਕਿਵੇਂ, ਮਤਲਬ ਕਿ ਕਿਵੇਂ ਆਇਆ ਕਰਦੇ ਸੀ, ਕਿਵੇਂ ਮੇਲ ਮਿਲਾਪ ਹੋਇਆ? ਦੋਨੇ ਭੜਕਦੇ ਭੜਕਦੇ ਆਏ ਸੀ ਤੇ ਪਾਣੀ ਤੇ ਇੱਥੇ ਮਰ ਗਏ। ਅੱਛਾ, ਪਾਣੀ ਲੈਣ ਆਉਂਦੀ ਸੀ, ਪਾਣੀ ਪੀਣ ਨਾਲ ਨਹੀਂ ਮਿਲਿਆ ਸੀ। ਅੱਛਾ, ਇੱਥੇ ਖਤਮ ਹੋ ਗਿਆ। ਨਹੀਂ ਨਹੀਂ, ਲੈਲਾ ਤੇ ਮਜਨੂੰ ਦਾ ਮਿਲਾਪ ਕਿਵੇਂ ਹੋਇਆ ਸੀ? ਮਜਨੂੰ ਪਾਕਿਸਤਾਨ ਆਉਂਦਾ ਜਾਂਦਾ ਸੀ ਤੇ ਉਹਨਾਂ ਨੇ ਕਿਤੇ ਵੇਖਦੇ ਵੇਖਦੇ ਪਿਆਰ ਹੋ ਗਿਆ ਸੀ। ਅੱਛਾ ਜੀ, ਤੇ ਲੈਲਾ ਕਹਿੰਦੀ ਮੈਂ ਤੇਰੇ ਨਾਲ ਜਾਣਾ, ਤੇ ਮਜਨੂੰ ਕਹਿੰਦਾ ਮਿਲ ਜਾਂਦਾ ਨਹੀਂ ਤੇਰੇ ਕੋਲ। ਅੱਛਾ ਜੀ, ਤੇ ਉਹ ਫਿਰ ਨਾਲ ਦੇ ਤੁਰ ਕੇ ਆ ਗਈ, ਨਾਲ ਹੀ ਆ ਗਈ। ਅੱਛਾ, ਘਰੇ ਆਉਂਦੇ ਨੂੰ ਫਿਰ ਇੱਥੇ ਦੋਨੇ ਭੜਕਦੇ ਭੜਕਦੇ ਆਏ। ਪਿੰਡ ਵਾਲਿਆਂ ਨੇ ਅਸੈਪਟ ਨਹੀਂ ਕਰਿਆ ਉਹਨਾਂ ਨੂੰ, ਮਤਲਬ ਬਾਹਰ ਨਹੀਂ ਪਿੰਡ 'ਚ? ਨਹੀਂ ਨਹੀਂ, ਮਾਰਾ ਮੁਰਾ ਕਿਸੇ ਨੇ ਨਹੀਂ, ਨਹੀਂ ਪਿੰਡ 'ਚ ਵੜਨ ਨਹੀਂ ਦਿੱਤਾ ਸੀ। ਹਾਂ, ਪਿੰਡੇ ਵੜਨ ਦਿੱਤਾ ਸੀ, ਫਿਰ ਕੁੜੀ ਭਜਾ ਕੇ ਲਿਆ ਹੈ। ਫਿਰ ਇੱਥੇ ਆ ਕੇ ਬੈਠ ਕੇ ਤੇ ਇਹਨੂੰ ਪਾਣੀ ਨਹੀਂ ਮਿਲਿਆ ਸੀ। ਅੱਛਾ ਜੀ, ਪਾਣੀ ਦੋਨੇ ਤਿੱਥੇ ਮਰ ਗਏ। ਅੱਛਾ, ਨਾਲੇ ਕਹਿੰਦੇ ਲੈਲਾ ਉਹ ਪਾਣੀ ਭਰਨਾ ਕਰਦੀ ਸੀ ਖੂਹ 'ਤੇ, ਜਦੋਂ ਪਰਦੀਸ ਦਾ ਪਾਣੀ ਭਰਦੀ ਸੀ, ਜਦੋਂ ਉਹਦੇ ਮਾਂ ਪਿਓ ਨੇ ਵੜਨ ਤੱਕ ਰਹੇ। ਹਾਂ ਹਾਂ, ਠੀਕ ਹੈ ਠੀਕ ਹੈ। ਅੱਛਾ, ਕੀ ਲੋਕ ਸੁੱਖਾ ਸੁੱਖਦੇ ਨੇ ਇੱਥੇ, ਕਿਵੇਂ ਕੀ?
ਜੋ ਸੁੱਖਾ ਮਿਲਦੇ ਮਨ ਪੂਰੀ ਹੁੰਦੀ ਹੈ ਪੂਰੀਆਂ ਹੁੰਦੀਆਂ ਨੇ ਉਹ ਜਿਹੜੀਆਂ ਅੱਛਾ ਖੰਬਣੀਆਂ ਬੰਨੀਆਂ ਪਈਆਂ ਨੇ ਅੰਦਰ ਹੀ ਉਹ ਕੌਣ ਕਿਉਂ ਬੰਨ ਕੇ ਨੇ ਇਹ ਵੀ ਬਣਦੇ ਨੇ ਜਿਹੜੀ ਮੱਥਾ ਟੇਕਣ ਆਉਂਦੇ ਉਹ ਵੀ ਬਣਦੇ ਨੇ ਅੱਛਾ ਸੁੱਖਾ ਮੰਨਦੇ ਪੂਰੀ ਹੁੰਦੀ ਅੱਛਾ ਮੰਨਦੇ ਸੁੱਖਾ ਪੂਰੀ ਹੁੰਦੀ ਪ੍ਰਸ਼ਾਦ ਕੀ ਚੜ੍ਹਦਾ ਜੀ ਚਾਦਰਾ ਚੜ੍ਹਦੀ ਪ੍ਰਸ਼ਾਦ ਚੜ੍ਹਦਾ ਤੇਲ ਚੜ੍ਹਦਾ ਬੌਕਰ ਚੜ੍ਹਦੀ ਲੂਣ ਚੜ੍ਹਦਾ ਠੀਕ ਹੈ ਜੀ ਤੇ ਆਹ ਦੋਸਤੋ ਆ ਜਾਓ ਇੱਧਰ ਮੈਂ ਤੁਹਾਨੂੰ ਦਿਖਾ ਦਿੰਦਾ ਨਾਲ ਹੀ ਇੱਧਰ ਲੱਗਿਆ ਹੋਇਆ ਮਤਲਬ ਪੋਸਟਰ ਲੱਗਿਆ ਹੋਇਆ ਸਟੋਰੀ ਹੈ ਤੇ ਇੱਧਰ ਇੰਗਲਿਸ਼ ਦੇ ਵਿੱਚ ਅਗਰ ਤੁਸੀਂ ਕਿਸੇ ਨੇ ਪੜ੍ਹਨੇ ਹੋਏ ਮੈਂ ਥੋੜ੍ਹਾ ਜਿਹਾ ਜ਼ੂਮ ਮਾਰ ਕੇ ਦਿਖਾ ਦਿੰਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਅਤੇ ਇਸ ਨੂੰ ਪੜ੍ਹ ਸਕਦੇ ਹੋ ਬਾਅਦ ਦੇ ਵਿੱਚੋਂ ਅਤੇ ਆਹ ਲਓ ਜੀ ਇਹਨੂੰ ਪੜ੍ਹ ਲਿਓ ਬਾਅਦ ਦੇ ਵਿੱਚੋਂ ਅਤੇ ਨਾਲ ਹੀ ਮੈਂ ਇੱਧਰ ਕੋਸ਼ਿਸ਼ ਕਰੂੰਗਾ ਵੀ ਦਿਖਾਉਣ ਦੀ